ਲੁਧਿਆਣਾ ਦੇ ਛਾਵਣੀ ਮੁਹੱਲੇ ਵਿੱਚ ਬੀਤੀ ਰਾਤ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਪਹਿਲਾਂ ਤੋਂ ਕਿਸੇ ਮਾਮਲੇ ਨੂੰ ਲੈ ਕੇ ਹੋਏ ਫੈਸਲੇ ਤੋਂ ਬਾਅਦ ਕਿਸੇ ਗੱਲ ਤੇ ਹੋਈ ਕਹਾਸੁਣੀ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਆਪਸੀ ਝਗੜਾ ਹੋ ਗਿਆ, ਜਿਸ ਦੇ ਚਲਦਿਆਂ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਖੂਬ ਇੰਟਾ ਪੱਥਰ ਬਰਸਾਏ ਗਏ। ਉੱਥੇ ਹੀ ਕੰਚ ਦੀਆਂ ਬੋਤਲਾਂ ਵੀ ਮਾਰੀਆਂ ਗਈਆਂ, ਜਿਸ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਧਿਰ ਦੇ ਮੈਂਬਰਾਂ ਨੇ ਦੂਜੀ ਧਿਰ ਦੇ ਮੈਂਬਰਾਂ ਉੱਪਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਸ ਇਲਾਕੇ ਵਿੱਚ ਰਹਿੰਦੀ ਸਿੱਖ ਕਮਿਊਨਿਟੀ ਦੇ ਉੱਪਰ ਅਟੈਕ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਾਮਲਾ ਬੀਤੀ ਦਿਨ ਹੋਈ ਲੜਾਈ ਨੂੰ ਲੈ ਕੇ ਹੋਇਆ, ਜਿਸ ਦੌਰਾਨ ਉਹਨਾਂ ਦੂਸਰੀ ਪਾਰਟੀ ਤੇ ਕੁੱਟਮਾਰ ਦੇ ਆਰੋਪ ਵੀ ਲਗਾਏ ਨੇ। ਉਧਰ ਜਦੋਂ ਸਾਡੀ ਟੀਮ ਨੇ ਦੂਜੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਕਿ ਬੀਤੀ ਦਿਨ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਸੀ, ਜਿਸ ਦਾ ਫੈਸਲਾ ਵੀ ਹੋ ਗਿਆ ਸੀ, ਪਰ ਅੱਜ ਦੂਸਰੇ ਧਿਰ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦੌਰਾਨ ਉਹਨਾਂ ਵੱਲੋਂ ਇੰਟਾ ਰੋੜੇ ਪੱਥਰ ਚਲਾ ਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ। ਉਹਨਾਂ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਕੁਝ ਹਵਾਈ ਫਾਇਰ ਵੀ ਕੀਤੇ ਨੇ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਲੜਾਈ ਕੱਲ ਦੀ ਹੋ ਰਹੀ ਹੈ ਜੀ। ਕੱਲ ਪਹਿਲਾਂ ਛੋਣੀ ਮੁਹੱਲੇ ਦੇ ਵਿੱਚ ਇੱਕ ਪਿੱਪਲ ਵਾਲੇ ਚੌਂਕ ਦੇ ਵਿੱਚ ਰਾਜੂ ਕੋਈ ਨਾਮ ਦਾ ਦੁੱਧ ਵਾਲਾ, ਇੱਥੋਂ ਵਾਲਮੀਕੀ ਮੁਹੱਲੇ ਤੋਂ ਸਾਰੇ ਮੁਹੱਲੇ ਵਾਲੇ ਦੁੱਧ ਉੱਥੋਂ ਲੈਂਦੇ ਜਾ ਕੇ, ਅਤੇ ਕੱਲ ਇਹਨਾਂ ਦੀ ਕਿਸੇ ਗੱਲ ਤੋਂ ਤੂੰ ਮੈਂ ਹੋ ਗਈ। ਇੱਥੋਂ ਸਾਡੇ ਸੁਨੀਤਾ ਭੈਣ ਜੀ, ਉਹਨਾਂ ਨੇ ਉਹ ਬੋਲੇ ਅਤੇ ਉਹਨਾਂ ਨੂੰ ਕੰਪਲੇਂਟ ਲਿਖਾਤੀ ਉੱਥੇ 4 ਨੰਬਰ ਥਾਣੇ ਦੇ ਵਿੱਚ, ਔਰ ਅੱਜ ਜਾ ਕੇ ਦਾਣਾ ਸਾਹਿਬ ਜਿੰਦਰ ਹੰਸ ਜੀ, ਲਵ ਦਰਾਵੜ ਜੀ, ਬਾਕੀ ਹੋਰ ਸਾਰੇ ਮੁਹੱਲੇ ਵਾਲੇ ਨੇ ਉੱਥੇ ਥਾਣੇ ਜਾ ਕੇ, ਅਤੇ ਉੱਧਰੋਂ ਪ੍ਰਹਲਾਦ ਢਲ ਜੀ ਨੇ ਉਹ ਚਲੇ ਗਏ, ਉਹਨਾਂ ਨੇ ਬਹਿ ਕੇ ਉੱਥੇ ਉਹ ਆਪਣੇ ਪੋਤੇ ਲਈ ਮਾਫੀ ਮੰਗੀ ਵੀ ਚਲੋ ਉਹਨੇ ਜਿਹੜੀ ਬਦਤਮੀਜੀ ਕੀਤੀ ਆ ਮੈਂ ਮਾਫੀ ਮੰਗਦਾ, ਵੀ ਉਹ ਆਪ ਹਜੇ ਆ ਨਹੀਂ ਸਕਦਾ, ਉਹ ਬਿਮਾਰ, ਉਹਨੂੰ ਗਲੂਕੋਸ ਲੱਗਿਆ ਹੋਇਆ, ਅਤੇ ਉਹਦੀ ਜ਼ਿੰਮੇਵਾਰੀ ਮੈਂ ਆਪਣੇ ਪੋਤੇ ਦੀ ਆਪ ਲੈਂਦਾ। ਤੋ ਸਾਰਿਆਂ ਨੇ ਇੱਧਰੋਂ ਕੰਪਰੋਮਾਈਜ਼ ਕਰ ਲਿਆ, ਜੋ ਜ਼ਿੰਮੇਵਾਰੀ ਚੱਕ ਲਈ ਦਾਦੇ ਨੇ ਤਾਂ ਕੰਪਰੋਮਾਈਜ਼ ਹੋ ਗਿਆ। ਹੁਣ ਅੱਜ ਸ਼ਾਮ ਦੇ ਵੇਲੇ ਫਿਰ ਅਟੈਕ ਕਰਤਾ, ਇਹ ਸਾਨੂੰ ਨਹੀਂ ਸਮਝ ਲੱਗੀ ਵੀ ਕੀ ਜਦ ਕੰਪਰੋਮਾਈਜ਼ ਹੋ ਗਿਆ, ਇੱਕ ਦਾਦੇ ਨੇ ਜ਼ਿੰਮੇਵਾਰੀ ਚੱਕ ਲਈ, ਬੜੀ ਮਾੜੀ ਗੱਲ ਹੈ। ਇਹਦਾ ਮਤਲਬ ਇੱਥੋਂ ਇਹ ਲੱਗਦਾ ਕਿ ਪ੍ਰਹਲਾਦ ਢਲ ਜੀ ਦੇ ਜਿਹੜੇ ਪੋਤੇ ਆ ਉਹ ਉਹਨਾਂ ਦਾ ਕਹਿਣੇ 'ਚ ਨਹੀਂ ਹੈਗੇ, ਜੇ ਇੱਕ ਦਾਦਾ ਪੁੱਤ ਜ਼ਿੰਮੇਵਾਰੀ ਚੱਕ ਕੇ ਆ ਰਿਹਾ ਅਤੇ ਫਿਰ ਉਸ ਤੋਂ ਬਾਅਦ ਅਟੈਕ ਕਰ ਰਿਹਾ। ਕਾਰਨ ਉੱਥੇ ਕੋਈ ਜੋ ਦੱਸਦੇ ਲੋਕ ਵੀ ਦੁੱਧ ਵਾਲੇ ਦੇ ਨਾਲ ਕੋਈ ਲੜਾਈ ਇਹਨਾਂ ਦੀ ਤੂੰ ਮੈਂ ਚੱਲ ਰਹੀ ਸੀ, ਦੁਕਾਨ ਦਾ ਰੌਲਾ ਚੱਲ ਰਿਹਾ ਅਤੇ ਉਹਦੀ ਬਾਂਹ ਵੀ ਟੁੱਟੀ ਹੋਈ ਹੈ ਮੁੰਡੇ ਦੀ ਕੱਲ੍ਹ ਦੀ ਲੜਾਈ ਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਇੱਥੋਂ ਮੁਹੱਲਿਓਂ ਜਾਂਦੇ ਦੁੱਧ ਲੈਣ ਲਈ, ਇਹ ਉਹਨਾਂ ਨੇ ਕਿਹਾ ਵੀ ਹਾਲ ਚਾਲ ਪੁੱਛਣ ਲੱਗ ਗਏ, ਇਹਨਾਂ ਨੇ ਸਮਝਿਆ ਪਤਾ ਨਹੀਂ ਉਹਨਾਂ ਦੀ ਕੋਈ ਸਪੋਰਟ ਕਰਨ ਆ ਗਏ ਆ, ਕਿਉਂਕਿ ਉਹਨਾਂ ਨੇ ਤਾਂ ਰੂਟੀਨ ਹੈ ਇੱਕ ਦੁੱਧ ਲੈ ਕੇ ਆਉਣ ਦੀ, ਅਤੇ ਇਹਨਾਂ ਨੂੰ ਵੀ ਗਾਲਾਂ ਗੂਲਾਂ ਕੱਢਣ ਲੱਗ ਗਏ। ਇੱਥੋਂ ਹੀ ਗੱਲ ਵੱਧਦੀ ਉਹ ਥਾਣੇ ਚਲੇ ਗਈ। ਅੱਜ ਉੱਧਰੋਂ ਹਾਂਜੀ ਹਮਲਾ ਹੋਇਆ ਔਰ ਗੋਲੀ ਵੀ ਚੱਲੀ ਹੈ, ਜੋ ਇੱਥੇ ਤੁਹਾਨੂੰ ਵੀਡੀਓ ਵੀ ਦਿਖਾਈਆਂ ਗਈਆਂ, ਮੁੰਡੇ ਵੀ ਦੱਸਦੇ 8-10 ਜਣਿਆਂ ਦੇ ਸੱਟਾਂ ਲੱਗੀਆਂ ਹੋਈਆਂ, ਜਿਹਨਾਂ ਨੇ ਮੈਡੀਕਲ ਕਰਾ ਲਿਆ ਆਪਣਾ। ਇਹਨਾਂ ਨੇ ਵਿਚਾਰੇ ਨੇ ਕਾਹਦਾ ਪ੍ਰੈਸ਼ਰ ਬਣਨਾ, ਇਹਨਾਂ ਦੇ ਘਰ ਤਾਂ ਸੋਟੀ ਵੀ ਨਹੀਂ ਨਿਕਲੀ ਮਾਰਨ ਲਈ, ਫਾਇਰ ਤਾਂ ਉੱਧਰੋਂ ਹੋ ਰਹੇ ਆ, ਉਰੇ ਕੋਈ ਨਵੇਂ ਤਾਂ ਰਹਿ ਨਹੀਂ ਰਹੇ। ਜੋ ਉੱਧਰੋਂ ਵੀ ਢੱਲ ਪਰਿਵਾਰ ਵੀ ਬੜਾ ਪੁਰਾਣਾ ਇੱਥੇ ਜੰਮਿਆ ਪਲਿਆ, ਇਹ ਵੀ ਛੋਣੀ ਮੁਹੱਲੇ ਜੋ ਸਾਡੇ ਸਮਾਜ ਦਾ ਮੁਹੱਲਾ, ਇਹ ਵੀ ਇੱਥੇ ਪੁਰਾਣੇ ਜੰਮੇ ਪਲੇ ਸਾਰੇ ਰਹਿੰਦੇ ਇੱਥੇ, ਇੱਦਾਂ ਦੀ ਕਦੀ ਗੱਲ ਨਹੀਂ ਹੋਈ। ਸਾਰਿਆਂ ਦੇ ਇੱਥੇ ਮੇਰੇ ਖਿਲਾਫ਼ ਕੋਈ 50 ਸਾਲ ਤੋਂ, ਕੋਈ 40 ਸਾਲ ਤੋਂ ਹੈ, ਇੱਦਾਂ ਸਾਰੇ ਰਹਿ ਰਹੇ, ਕਦੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਔਰ ਨਾ ਕੋਈ ਇੱਡੇ ਸਮਾਜ ਕੋਲ ਪੈਸੇ ਆ ਗਏ ਵੀ ਜਿਹੜੇ ਉਹਨਾਂ ਦੇ ਮਕਾਨ ਧੱਕੇ ਨਾਲ ਖਰੀਦਣ ਲੱਗ ਜਾਣ। ਮਾਮਲਾ ਉਹਨਾਂ ਨੇ ਕੱਲ੍ਹ ਨਾ ਸਾਡੇ ਮੁੰਡੇ ਦੀ ਮਾਰਕੀਟ 'ਤੇ ਹਮਲਾ ਕਰਤਾ 3 ਵਾਰੀ, ਪਹਿਲਾਂ ਦੁਪਹਿਰੇ ਕੀਤਾ, ਫਿਰ ਸ਼ਾਮੀ ਰਾਤੀ 100-200 ਜਨਾਨੀ ਆਦਮੀ ਲੈ ਕੇ ਚਲੇ ਗਏ। ਸ਼ਾਮੀ 4 ਵਜੇ 6 ਵਜੇ 4 ਨੰਬਰ ਦ੍ਰਿਸ਼ੀ ਫੈਸਲਾ ਹੋ ਗਿਆ, ਅਸੀਂ ਕਿਹਾ ਵੀ ਚਲੋ ਠੀਕ ਹੈ ਅਤੇ ਆ ਘਰ ਆ ਗਏ। ਅਸੀਂ ਰੋਟੀ ਖਾਂਦੇ ਪਏ ਹਾਂ, ਉਹ ਬੋਤਲਾਂ ਕਰਪਾਨਾਂ ਲੈ ਕੇ ਗਟੂਏ ਫੈਰ 5-10-12 ਫੈਰ ਕੀਤੇ ਉਹਨਾਂ ਨੇ ਇਹ ਚੌਂਕ ਵਿੱਚ, ਅਤੇ ਗਟੂਆ ਕਰਪਾਨਾਂ ਲੈ ਕੇ 2 ਜਨਾਨੀਆਂ ਨੂੰ ਮਾਰਿਆ, ਇਹ ਬੰਦਿਆਂ ਨੂੰ ਮਾਰਿਆ, ਹੋਰਾਂ ਨੂੰ ਮਾਰਿਆ,
ਕਹਿੰਦੇ ਇੱਥੋਂ ਤੁਸੀਂ ਸਰਦਾਰੋ ਮੋਨਿਓ ਅਤੇ ਮੁਸਲਮਾਨ ਮੁਸਲਮਾਨੋ ਇੱਥੇ ਨਿਕਲ ਜਾਓ, ਛੱਡ ਦਿਓ ਉੱਥੇ ਸਰਦਾਰ ਮੁਸਲਮਾਨ ਹਿੰਦੂ, ਕਹਿੰਦੇ ਇੱਥੋਂ ਛੋਣੀ ਮੱਲਾ ਛੱਡ ਕੇ ਨਿਕਲ ਜਾਓ। ਕੌਣ ਸੀਗੇ ਦੂਜੇ ਪਾਸੇ? ਉਹ ਬਾਲਮੀਕੀ ਹੈ। ਕਾਰਨ ਕੀ ਸੀ ਲੜਾਈ ਦਾ? ਕਾਰਨ ਇਹ ਸੀ, ਕੱਲ੍ਹ ਇਹਨਾਂ ਨੇ ਇੱਥੇ ਸਾਡੇ ਬੇਟੇ ਦੇ ਦੁਕਾਨ 'ਤੇ ਇਹਨਾਂ ਨੇ ਹਮਲਾ ਕਰਾ ਦਿੱਤਾ, ਰਾਤੀ ASI ਆਇਆ ਅਤੇ ਕਾਰਨ ਹਮਲਾ ਕੀਤਾ ਉਹਨਾਂ ਨੇ, ਹਮਲਾ ਹਿੰਦੂ ਸਿੱਖ ਦੇ ਖਿਲਾਫ਼, ਉਹ ਇੱਥੋਂ ਮੱਲਾ ਛੱਡ ਦਿਓ, ਇਹ ਗੱਲ ਹੈ। ਅਸੀਂ ਤਾਂ ਹੋਈ ਨਹੀਂ, ਸਾਨੂੰ ਤਾਂ ਅਸੀਂ ਤਾਂ ਅੰਦਰ ਸੀ ਆਪਣੇ। ਇੱਕ ਮਿੰਟ ਬੇਟੇ, ਮੈਂ ਤਾਂ ਆਪਣੇ, ਅਸੀਂ ਸਾਰਾ ਜਨਾਨੀਆਂ ਸਮੇਤ ਰੋਟੀ ਖਾਂਦੇ ਪਏ ਸਾਂ ਅੰਦਰ, ਮੌਕਾ ਦੇਖੋ ਤੁਸੀਂ ਆਪ। ਕਿੰਨੇ ਬੰਦੇ ਘਾਇਲ ਹੋਏ? ਉਹਨਾਂ ਦੇ ਘਰ ਤੋਂ 70-80 ਬੰਦੇ ਤੋਂ ਉੱਤੇ ਸੀ। ਘਾਇਲ ਕਿੰਨੇ? ਇੰਜਰਡ ਕਿੰਨੇ? ਚਾਰ ਪੰਜ ਹੈਗੇ, ਇਹਦੇ ਦੋ ਜਨਾਨੀਆਂ ਇੱਕ ਹਸਪਤਾਲ, ਉਹਨਾਂ ਵੱਲੋਂ ਛੇ ਸੱਤ ਫਾਇਰ ਕੀਤੇ ਉਹਨਾਂ ਨੇ। ਪੱਥਰ ਇੰਟਾ ਰੋੜੇ ਚਲਾਏ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਧਿਰਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਆਸ ਵਿੱਚ, ਇਹਨਾਂ ਨੇ ਆਸ ਵਿੱਚ ਇੱਕ ਦੂਜੇ ਦੇ ਪੱਥਰ ਇੱਟਾਂ ਮਾਰੇ ਆ, ਉਹਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ, ਹਾਲੇ ਤੱਕ ਇਹ ਨਹੀਂ ਪਤਾ। ਅਤੇ ਜਿਹੜੇ ਵੀ ਹੋਈ ਗਈ, ਅਸੀਂ ਆਪਣੇ ਵੱਲੋਂ ਇੱਕ ਕਾਰਵਾਈ ਕਰ ਰਹੇ ਇਹਨਾਂ ਦੋਨਾਂ ਧਿਰਾਂ ਦੇ ਖਿਲਾਫ਼। ਇਹਨਾਂ ਕਾਰਨ ਇਹਨਾਂ ਦਾ ਆਪਸੀ ਬਸ ਛੋਟੀ ਮੋਟੀ ਗੱਲ ਤੋਂ ਲੈ ਕੇ ਲੰਘ ਵੜਨ ਤੋਂ ਲੈ ਕੇ ਝਗੜਾ ਹੋਇਆ ਕਿਸੇ ਗੱਲ ਤੋਂ, ਉਹ ਅਸੀਂ ਪੜਤਾਲ ਕਰ ਰਹੇ ਹਾਂ। ਪੜਤਾਲ ਕਰਕੇ ਜੋ ਵੀ ਗੱਲ ਸਾਹਮਣੇ ਆਈ, ਉਸ ਹਿਸਾਬ ਨਾਲ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ। ਕਿੰਨੇ ਵਜੇ ਦਾ ਇੰਸੀਡੈਂਟ ਹੋਇਆ? ਕਰੀਬ ਤੋਂ ਅੱਧਾ ਘੰਟਾ ਪਹਿਲਾਂ ਹੋਇਆ। ਨਹੀਂ, ਹੋਰ ਕੋਈ ਨੁਕਸਾਨ ਕੁਝ ਨਹੀਂ ਹੋਇਆ, ਕੋਈ ਜੇ ਕਿਸੇ ਸੱਟ ਲੱਗੀ ਹੈ ਜਾਂ ਕੋਈ, ਉਹ ਜੋ ਵੀ ਸਾਹਮਣੇ ਆ ਕੇ ਦੇਖ। ਇੱਕ ਗੱਡੀ 'ਤੇ ਲੱਗੀ ਹੈ। ਨਹੀਂ, ਕੋਈ ਇਹੋ ਜਿਹੀ ਕੋਈ ਨਹੀਂ ਗੱਲ ਹੋਈ। ਨਹੀਂ, ਕੋਈ ਨਹੀਂ। ਕੀ ਕਾਰਵਾਈ ਕਰ ਰਹੇ ਹੋ? ਇਹ 160 IPC ਦਾ ਪਰਚਾ ਦਰਜ ਕਰ ਰਹੇ ਹਾਂ ਦੋਨਾਂ ਧਿਰਾਂ ਦੇ ਖਿਲਾਫ਼।